ਤੇ ਆਓ ਆਪਾਂ ਗੱਲ ਕਰਦੇ ਹਾਂ ਫਿਲਮ ਦੇ ਡਾਇਰੈਕਟਰ ਦਲਵੀਰ ਸ਼ੌਂਕੀ ਜੀ ਨਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਛਾ ਸਰ, ਜੋ ਤੁਸੀਂ ਮੈਸੇਜਫੁਲ ਮੂਵੀ ਬਣਾ ਰਹੇ ਹੋ, ਜੀ ਹਾਂਜੀ ਮੈਸੇਜ ਦੇ ਰਹੇ ਹੋ ਜੀ, ਇਹ ਮਤਲਬ ਕਿਸ ਟਾਈਪ ਦਾ ਮੈਸੇਜ ਦੇ ਰਹੇ ਹੋ ਜਾਂ ਕੀ ਵਗੈਰਾ ਸਰ ਦੱਸੋ ਦਰਸ਼ਕਾਂ ਨੂੰ। ਹਾਂਜੀ ਇਹ ਬਹੁਤ ਵਧੀਆ ਇੱਕ ਕਹਾਣੀ ਆ ਜੀ। ਮਤਲਬ ਅੱਜ ਕੱਲ੍ਹ ਜੋ ਮਤਲਬ ਤੁਹਾਨੂੰ ਪਤਾ ਕਿ ਨਸ਼ਿਆਂ ਦੇ ਨਾਲ ਪੰਜਾਬ ਪੂਰਾ ਗ੍ਰਸਤ ਹੋ ਚੁੱਕਿਆ ਜੀ ਜੀ, ਅਤੇ ਅਸੀਂ ਚਾਹੁੰਦੇ ਹਾਂ ਕਿ ਮਤਲਬ ਨਸ਼ਿਆਂ ਤੋਂ ਦੂਰ ਕੀਤਾ ਜਾਵੇ। ਅੱਛਾ ਜੀ, ਇਹ ਨਸ਼ਿਆਂ ਦੇ ਆਧਾਰ 'ਤੇ ਇੱਕ ਮੂਵੀ ਹੈ ਜੀ, ਔਰ ਬਹੁਤ ਵਧੀਆ ਕੰਸੈਪਟ ਹੈਗਾ ਜੀ, ਅਤੇ ਸਾਰੇ ਹੀ ਮਤਲਬ ਜਿੰਨੇ ਵੀ ਵਿੱਚ ਆਰਟਿਸਟ ਨੇ ਬਹੁਤ ਫੇਮਸ ਬੰਦੇ ਆ ਸਾਰੇ, ਔਰ ਸਾਰਿਆਂ ਨੇ ਵਧੀਆ ਮਤਲਬ ਮੂਵੀਆਂ ਦੇ ਵਿੱਚ ਕੰਮ ਕੀਤਾ ਹੋਇਆ, ਔਰ ਸਾਰਿਆਂ ਨੂੰ ਵਧੀਆ ਇਸ ਮੂਵੀ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲੇਗਾ ਜੀ। ਤੁਸੀਂ ਮਤਲਬ ਟੀਮ ਨਾਲ ਡਿਸਕਸ ਕੀਤੀ ਸੀ ਕਿ ਕੁਝ ਦੋ ਸਸਪੈਂਸ ਆ ਜਿਹੜੇ ਆਡੀਅੰਸ ਨੂੰ ਲਾਸਟ ਵਿੱਚ ਪਤਾ ਲੱਗਣਗੇ ਜੀ, ਅਤੇ ਮਤਲਬ ਤੁਸੀਂ ਜੋ ਲੋਕੇਸ਼ਨ ਪਿੰਡ ਦੀ ਹੀ ਕਿਉਂ ਦੇਖੀ, ਤੁਸੀਂ ਸ਼ਹਿਰ ਵਗੈਰਾ ਕਿਤੇ? ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਜੋ ਪਿੰਡਾਂ ਦਾ ਮਾਹੌਲ ਹੈ ਨਾ, ਉਹ ਜ਼ਿਆਦਾ ਮਤਲਬ ਨਸ਼ਿਆਂ ਦੇ ਨਾਲ ਗ੍ਰਸਤ ਹੋ ਚੁੱਕਿਆ ਜੀ। ਘਰ ਘਰ ਦੇ ਵਿੱਚ ਮਤਲਬ ਅੱਜ ਕੱਲ੍ਹ ਜੋ ਨਸ਼ਿਆਂ ਦੇ ਨਾਲ ਕੁਛ ਨੌਜਵਾਨ ਮਾਵਾਂ ਦੇ ਜਿਹੜੇ ਪੁੱਤ ਹੈ ਉਹ ਮਤਲਬ ਆਪਣੀ ਜ਼ਿੰਦਗੀ ਨੂੰ ਖਰਾਬ ਕਰ ਰਹੇ ਆ, ਅਤੇ ਕਈ ਤਾਂ ਜ਼ਿੰਦਗੀ ਤੋਂ ਹੱਥ ਹੀ ਧੋ ਬੈਠੇ ਆ ਜੀ। ਠੀਕ ਹੈ ਜੀ, ਇਸ ਕਰਕੇ ਮੈਂ ਕਹਿੰਦਾ ਕਿ ਪਿੰਡ ਦੇ ਵਿੱਚ ਜਾਗਰਿਤੀ ਘੱਟ ਹੁੰਦੀ ਆ, ਸ਼ਹਿਰ ਦੇ ਵਿੱਚ ਜ਼ਿਆਦਾ ਹੁੰਦੀ ਆ, ਅਤੇ ਮੈਂ ਕਹਿੰਦਾ ਵੀ ਪਿੰਡਾਂ ਵਾਲਿਆਂ ਨੂੰ ਇਹ ਪਤਾ ਲੱਗ ਜਾਵੇ ਕਿ ਜਿਹੜਾ ਨਸ਼ਾ ਆ ਨਾ ਇਹ ਜ਼ਿੰਦਗੀ ਦਾ ਬਹੁਤ ਵੱਡਾ ਗ੍ਰਹਿਣ ਜਾਨਲੇਵਾ ਹੈ। ਇਸ ਕਰਕੇ ਮਤਲਬ ਨਸ਼ੇ ਨਾ ਹੀ ਕੀਤੇ ਜਾਣ ਤਾਂ ਵਧੀਆ ਗੱਲ ਆ। ਠੀਕ ਹੈ ਜੀ, ਵੈਸੇ ਪੰਜਾਬ ਦੇ ਵਿੱਚ 44,000 ਤੋਂ ਜ਼ਿਆਦਾ ਨੌਜਵਾਨਾਂ ਦੀ ਜਾਨ ਵੀ ਗਈ। ਬਿਲਕੁਲ ਜੀ, ਸੋ ਦਲਵੀਰ ਸ਼ੌਂਕੀ ਜੀ ਨਾਲ ਗੱਲ ਹੋਈ, ਉਹਨਾਂ ਨੇ ਇੱਕ ਅੱਛੀ ਮੈਸੇਜ ਬਣਾ ਰਹੇ ਪੰਜਾਬ ਨੂੰ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ। ਹਾਂਜੀ, ਜੋ ਫਿਲਮ ਦੇ ਮੇਨ ਡਾਇਰੈਕਟਰ ਉਹਨਾਂ ਨਾਲ ਗੱਲ ਕਰਦੇ ਹਾਂ। ਹਾਂਜੀ, ਜੋ ਫੁਕਰੇ ਬਦਮਾਸ਼ ਫਿਲਮ ਜਾ ਰਹੀ ਇਹਦੇ ਬਾਰੇ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਸੈੱਟ 'ਤੇ ਆਏ ਹੋਏ ਹਾਂ ਫਿਲਮ, ਪੰਜਾਬੀ ਫਿਲਮ ਫੁਕਰੇ ਬਦਮਾਸ਼, ਔਰ ਬਹੁਤ ਹੀ ਵਧੀਆ ਟੌਪਿਕ ਹੈ ਫਿਲਮ ਦਾ, ਬਹੁਤ ਹੀ ਵਧੀਆ ਸਟੋਰੀ ਹੈ ਸਾਡੀ। ਇਹਦੇ ਵਿੱਚ ਅਸੀਂ ਨਸ਼ਿਆਂ ਨੂੰ ਰੱਖ ਕੇ ਮਤਲਬ ਮੁੱਦਾ ਬਣਾਇਆ ਹੋਇਆ ਕਿ ਅੱਜ ਦੀ ਜਿਹੜੀ ਪੀੜ੍ਹੀ ਹੈ ਨਸ਼ਿਆਂ ਵੱਲ ਤੁਰ ਰਹੀ ਆ, ਪਰ ਉਹ ਸਮਝਦੇ ਆ ਕਿ ਅਸੀਂ ਪਤਾ ਨਹੀਂ ਕਿੰਨਾ ਕੁ ਵੱਡਾ ਕੰਮ ਕਰ ਰਹੇ ਹਾਂ, ਔਰ ਇਸ ਲਈ ਮਤਲਬ ਉਹਨਾਂ ਦੀ ਜਿਹੜੀ ਐਕਟੀਵਿਟੀਜ਼ ਆ, ਹਰਕਤਾਂ ਹੈਗੀਆਂ ਫੁਕਰੇ ਵਾਲੀਆਂ ਜੀ, ਫੁਕਰੇਪੰਥੀ ਜ਼ਿਆਦਾ ਦਿਖਾਈ ਆ, ਔਰ ਉਹ ਆਪਣੇ ਆਪ ਨੂੰ ਸਮਝਦੇ ਕਿ ਅਸੀਂ ਬਹੁਤ ਵੱਡਾ ਕੰਮ ਕਰਦੇ ਪਏ। ਇਸ ਕਰਕੇ ਕਿਤੇ ਨਾ ਕਿਤੇ ਉਹਨਾਂ ਨੂੰ ਬਾਰ ਬਾਰ ਟੌਪਿਕ ਆ ਰਿਹਾ ਫੁਕਰੇ ਬਦਮਾਸ਼। ਅਤੇ ਸਰ, ਇਹ ਫਿਲਮ ਨੂੰ ਡਾਇਰੈਕਟ ਕਰਨ ਦਾ ਤੁਸੀਂ ਕਿੱਦਾਂ ਸੋਚਿਆ? ਇਹ ਫਿਲਮ ਡਾਇਰੈਕਸ਼ਨ ਕਰਦੇ ਮੈਂ ਦਲਵੀਰ ਸ਼ੌਂਕੀ ਜੀ, ਮੇਰੇ ਵੀਰ, ਉਹਨਾਂ ਨੇ ਮੈਨੂੰ ਸੱਦਿਆ ਕਿ ਇੱਦਾਂ ਦਾ ਇੱਕ ਟੌਪਿਕ ਹੈਗਾ, ਆਪਾਂ ਸ਼ੁਰੂ ਕਰੀਏ ਜੀ। ਔਰ ਉਹਨਾਂ ਨੇ ਨੀਤੂ ਜੀ ਹੁਣਾਂ ਨੇ ਸਕ੍ਰਿਪਟ ਲਿਖੀ ਆ, ਜਿਹੜਾ ਕੋਨਸੈਪਟ ਉਹਨਾਂ ਦਾ ਹੈਗਾ, ਫਿਰ ਮੈਂ ਉਹਦੇ 'ਤੇ ਸਕ੍ਰੀਨ ਪਲੇ ਔਰ ਡਾਇਲੋਗ ਡਿਲੀਵਰੀ ਨੂੰ ਕੰਪਲੀਟ ਕਰਕੇ ਅੱਜ ਅਸੀਂ ਸ਼ੂਟ 'ਤੇ ਪਹੁੰਚ ਗਏ। ਅੱਛਾ, ਬਹੁਤ ਹੀ ਵਧੀਆ ਵਧੀਆ ਆਰਟਿਸਟ ਇੱਥੇ ਕੰਮ ਕਰ ਰਹੇ ਆ, ਤੁਸੀਂ ਦੇਖੋਗੇ, ਔਰ ਸਾਡੇ ਫਾਈਟ ਮਾਸਟਰ ਜੀ ਵੀ, ਬੱਬੂ ਜੀ ਵੀ ਇੱਥੇ ਪਹੁੰਚੇ ਹੋਏ ਆ, DOP ਸਾਹਿਬ ਸਾਡੇ, ਰਾਹੁਲ ਜੀ, ਔਰ ਸਾਰੇ ਪਹੁੰਚੇ ਹੋਏ ਇੱਥੇ। ਦੋਸਤੋ, ਹਮੇਸ਼ਾ ਤੁਸੀਂ ਫਿਲਮ ਦੇਖਦੇ ਹੋ, ਫਿਲਮ ਫਿਲਮਾਈ ਜਾਂਦੀ ਹੈ ਕੈਮਰੇ ਨਾਲ, ਕੈਮਰੇ ਵਿੱਚ ਕੈਦ ਕੀਤੀ ਜਾਂਦੀ ਹੈ, ਸੋ ਇਸੇ ਤਰ੍ਹਾਂ ਅਸੀਂ ਕੈਮਰਾਮੈਨ ਨਾਲ ਗੱਲ ਕਰਦੇ ਹਾਂ। ਹਾਂਜੀ ਦੋਸਤੋ, ਫਿਲਮ ਦੇ ਵਿੱਚ ਦੋ ਕਿਰਦਾਰ ਮੁੱਖ ਹੁੰਦੇ, ਇੱਕ ਹੀਰੋ ਜੀ ਦਾ ਵਿਲਨ, ਵਿਲਨ ਦੇ ਵਿੱਚ ਕਰ ਰਹੇ ਸਾਡੇ ਰੀਅਲ ਲਾਈਫ ਦੇ ਹੀਰੋ ਦੀਪਕ ਕੁਮਾਰ ਜੀ। ਸਵਾਗਤ ਹੈ ਸਰ, ਥੈਂਕ ਯੂ। ਅੱਛਾ ਦੀਪਕ ਕੁਮਾਰ ਜੀ, ਜੋ ਫਿਲਮ ਬਣ ਰਹੀ ਫੁਕਰੇ ਬਦਮਾਸ਼, ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੋ ਪੰਜਾਬ ਨੂੰ ਜਾ ਰਹੀ? ਸਰ, ਪੰਜਾਬ ਦੇ ਵਿੱਚ ਅੱਜ ਇਸ ਸਤਰ ਦੇ ਉੱਤੇ ਨਸ਼ਾ ਹੋ ਗਿਆ, ਔਰ ਮਾਵਾਂ ਦੇ ਪੁੱਤ ਆਪਣੀ ਜ਼ਿੰਦਗੀ ਤੋਂ ਹੱਥ ਧੋ ਰਹੇ ਨੇ। ਅਸੀਂ ਇਸ ਮੂਵੀ ਦੇ ਦੌਰਾਨ ਇੱਕ ਵਧੀਆ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਇਹ ਨਸ਼ੇ ਛੱਡ ਕੇ ਆਪਣੀ ਲਾਈਫ ਜੋ ਰੱਬ ਨੇ ਦਿੱਤੀ ਹੈ ਕੀਮਤੀ, ਉਹਨੂੰ ਚੰਗੇ ਕੰਮਾਂ 'ਚ ਲਾਓ, ਆਪਣੇ ਮਾਂ ਪਿਓ ਦੀ ਸੇਵਾ ਕਰੋ, ਔਰ ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਆਪਣੀ ਲਾਈਫ ਅੱਛੀ ਤਰ੍ਹਾਂ ਬਤੀਤ ਕਰੋ। ਨਸ਼ੇ ਦੇ ਨਾਲ ਪਰਿਵਾਰ ਦੇ ਪਰਿਵਾਰ ਉਜੜ ਰਹੇ ਹੈ, ਕੋਈ ਵੀ ਪਰਿਵਾਰ ਸੁਖੀ ਨਹੀਂ ਹੈ ਅੱਜ। ਇਸ ਲਈ ਅਸੀਂ ਇੱਕ ਛੋਟਾ ਜਿਹਾ ਮੈਸੇਜ ਦੇਣਾ ਚਾਹੁੰਦੇ ਹਾਂ। ਮੈਂ ਇਸ ਕਿਰਦਾਰ ਦੇ ਵਿੱਚ ਨੈਗੇਟਿਵ ਰੋਲ ਦੇ ਵਿੱਚ ਹਾਂ, ਬਟ ਮੈਨੂੰ ਬਹੁਤ ਮਾਣ ਹੈ ਕਿ ਇਹ ਮੈਨੂੰ ਮਾਣ ਬਖਸ਼ਿਆ ਗਿਆ ਨੈਗੇਟਿਵ ਰੋਲ ਦੇ ਵਿੱਚ, ਬਟ ਅਸੀਂ ਇਸ ਨੈਗੇਟਿਵ ਰੋਲ ਤੋਂ ਇੱਕ ਅੱਛਾ ਮੈਸੇਜ ਦੇਵਾਂਗੇ ਜੀ, ਸਮਝਾਵਾਂਗੇ ਕਿ ਪੂਰੇ ਆਪਣੇ ਆਪਣੇ ਯੂਥ ਨੂੰ ਇੱਕ ਅੱਛਾ ਮੈਸੇਜ ਦੇਣਾ ਚਾਹੁੰਦੇ ਹਾਂ। ਸਾਡੀ ਗੱਲ ਹੋਈ ਹੈ ਫਿਲਮ ਦੇ ਵਿਲਨ ਨਾਲ, ਹੁਣ ਗੱਲ ਕਰਦੇ ਹਾਂ ਫਿਲਮ ਦੇ ਹੀਰੋ ਨਾਲ। ਇਹ ਹੈ ਸ਼ੈਲੀ ਕੰਚੀ ਅਤੇ ਮੈਡਮ ਜੀ। ਸਤਿ ਸ਼੍ਰੀ ਅਕਾਲ ਜੀ, ਸੱਚੇ ਨੰਬਰ ਇਹ ਫਿਲਮ ਬਹੁਤ ਹੀ ਵਧੀਆ ਲੈਵਲ 'ਤੇ ਰਿਲੀਜ਼ ਕਰਨ ਜਾ ਰਹੇ ਹਾਂ ਜੀ, ਕਾਫੀ ਵਧੀਆ ਪ੍ਰੋਜੈਕਟ ਹੋ ਨਸ਼ਿਆਂ ਦੇ ਆਧਾਰ ਦੇ ਨਾਲ ਦੀਪਕ ਰੰਧਾਵਾ ਜੀ ਦਾ ਕਾਫੀ ਵਧੀਆ ਆਰਟਿਸਟ ਆ, ਹੋਰ ਵੀ ਕਾਫੀ ਵਧੀਆ ਆਰਟਿਸਟ ਆ, ਅਤੇ ਵਧੀਆ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਦੇ ਵਿੱਚ, ਕਿਉਂਕਿ ਅੱਜ ਦਾ ਬਹੁਤ ਹੀ ਸਪੈਸ਼ਲ
ਸ੍ਰੀਕਾਲ ਮੈਂ ਰੀਤ ਰੰਧਾਵਾ ਹਾਂਜੀ ਫਿਲਮ ਦਾ ਪ੍ਰੋਜੈਕਟ ਬਹੁਤ ਵਧੀਆ ਵਾ ਬਹੁਤ ਵਧੀਆ ਰਾਈਟ ਕੀਤਾ ਗਿਆ ਫਿਲਮ ਨੂੰ ਕਿ ਅੱਜ ਜੋ ਪੰਜਾਬ ਦੇ ਵਿੱਚ ਨਸ਼ੇ ਬਹੁਤ ਜ਼ਿਆਦਾ ਪ੍ਰਮੋਟ ਹੋ ਰਹੇ ਨੇ ਔਰ ਇਹਦੇ ਵਿੱਚ ਅਸੀਂ ਪੁਲਿਸ ਨੂੰ ਵੀ ਮੈਸੇਜ ਦੇ ਰਹੇ ਹਾਂ ਔਰ ਇਹਦੇ ਵਿੱਚ ਅਸੀਂ ਜੋ ਅੱਜ ਸਾਡਾ ਯੂਥ ਆ ਆਮ ਜਨਤਾ ਵਾ ਉਹਨਾਂ ਨੂੰ ਵੀ ਮੈਸੇਜ ਦੇ ਰਹੇ ਹਾਂ ਵੀ ਆਪਾਂ ਨੂੰ ਨਸ਼ਿਆਂ ਨੂੰ ਰੋਕਣਾ ਚਾਹੀਦਾ ਔਰ ਯੂਥ ਨੂੰ ਆਪਣੇ ਪੰਜਾਬ ਨੂੰ ਸਾਂਭ ਕੇ ਰੱਖਣਾ ਚਾਹੀਦਾ ਵਾ ਸੋ ਬਹੁਤ ਵਧੀਆ ਪ੍ਰੋਜੈਕਟ ਆ ਸਾਰੇ ਜਣੇ ਦੇਖਿਓ ਜਦੋਂ ਮੂਵੀ ਰਿਲੀਜ਼ ਹੋ ਜੂਗੀ ਥੈਂਕ ਯੂ ਗੱਲ ਹੋਈ ਸੀ ਦਲਵੀਰ ਸ਼ੌਂਕੀ ਜੀ ਨਾਲ ਹੁਣ ਗੱਲ ਕਰਦੇ ਹਾਂ ਫਿਲਮ ਦੇ ਐਕਸ਼ਨ ਡਾਇਰੈਕਟਰ ਬੱਬੂ ਭਾਈ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਤੁਹਾਡਾ ਬਹੁਤ ਸਵਾਗਤ ਹੈ ਅੱਛਾ ਸਰ ਜੀ ਇਹ ਜੋ ਮੂਵੀ ਸਮਾਜ ਨੂੰ ਜੋ ਸਮਾਜ ਵਿੱਚ ਨਸ਼ੇ ਦਾ ਸੇਵਨ ਚੱਲਦਾ ਪਿਆ ਹੈਗਾ ਨਾ ਉਹਨੂੰ ਖਤਮ ਕਰਨ ਵਾਸਤੇ ਇਹਨਾਂ ਨੇ ਵਧੀਆ ਚੀਜ਼ ਲਿਖੀ ਹੈ ਹਰ ਇਨਸਾਨ ਅੱਜ ਕੱਲ੍ਹ ਹਰ ਇਨਸਾਨ ਕਹਿੰਦਾ ਕਿ ਮੈਂ ਬਦਮਾਸ਼ ਬਣ ਗਿਆ ਮੈਂ ਬਦਮਾਸ਼ ਬਣ ਗਿਆ ਅਸਲ ਵਿੱਚ ਉਹ ਬਦਮਾਸ਼ ਨਹੀਂ ਹੁੰਦਾ ਉਹ ਹੁੰਦਾ ਫੁਕਰਾ ਫੁਕਰਾ ਹਮੇਸ਼ਾ ਆਪਣੇ ਆਪ ਨੂੰ ਦਿਖਾਉਂਦਾ ਮੈਂ ਬਦਮਾਸ਼ ਹਾਂ ਅੱਛਾ ਯਾਨੀ ਬਦਮਾਸ਼ੀ ਫੁਕਰੇ ਹੀ ਕਰਦੇ ਫੁਕਰੇ ਜ਼ਿਆਦਾ ਬਦਮਾਸ਼ੀ ਕਰਦੇ ਆ ਉਹ ਫੁਕਰ ਬੁਣੇ ਦਿਖਾਉਂਦੇ ਵੀ ਅਸੀਂ ਇਹ ਫੁਕਰ ਬਣਾ ਇੱਕ ਸੱਚਾਈ ਆ ਇਸ ਸੱਚਾਈ ਨੂੰ ਖਤਮ ਕਰਨ ਦੇ ਵਾਸਤੇ ਜਿਹੜੀ ਜੋ ਬਾਕੀ ਫਾਈਟਾਂ ਫੁਈਟਾਂ ਹੈਗੀਆਂ ਫਿਲਮ ਦੇ ਹਿਸਾਬ ਨਾਲ ਆਧਾਰ ਉੱਤੇ ਉਹ ਫਿਰ ਆਪਾਂ ਕਰਾਵਾਂਗੇ ਦਿਖਾਉਂਦੇ ਪਹਿਲਾਂ ਆਪਾਂ ਭਾਜੀ ਕੁੜੀ ਦੀ ਐਂਟਰੀ ਚਲੋ ਤੁਸੀਂ ਦੇਖਿਓ ਦੇਖਦੇ ਆ ਇਹਨਾਂ ਦੇ ਐਕਸ਼ਨ ਵਾਈਟ ਤੋਂ ਐਂਟਰੀ ਦਿਖਾਤੀ ਬੋਲ Thank you.